ਨਹੀਂ ਇੱਥੇ ਨਹੀਂ ਕੁਝ ਵੀ ਦਿੱਤਾ ਹੈਗਾ, ਮੈਂ ਹੀ ਲੱਗਦਾ ਜਾਂ ਝਗੜਾ ਝੁਗੜਾ ਹੋ ਗਿਆ ਤੇ ਜਾਂ ਫਿਰ। ਓਏ ਵਾਹ ਯਾਰ, ਓਹੋ ਕਿਆ ਬਾਤ ਹੈ ਯਾਰ, ਉਹ ਯਾਰ ਫੀਮੇਲ ਨੇ ਬੱਚੇ ਦੇ ਦਿੱਤੇ ਯਾਰ, ਕਿਆ ਬਾਤ ਹੈ, 1 2 3 4 5 ਯਾਰ। ਚਲੋ ਜੀ ਆਪਾਂ ਇਹਨੂੰ ਵੀ ਲੈ ਆਏ ਆਪਣੀ ਸਾਈਡ 'ਤੇ, ਚੱਲ ਵੀ ਵਿੱਚ ਵੜ ਜਾ, ਆਪੇ ਵੜ ਜਾਏਗੀ ਤਾਂ ਵਧੀਆ ਰਹੇਗਾ। ਵੈਰੀ ਗੁੱਡ ਵੈਰੀ ਗੁੱਡ ਵੈਰੀ ਓ ਵੈਰੀ ਗੁੱਡ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਸਾਰੇ ਠੀਕ ਠਾਕ ਹੋ? ਸੋ ਅੱਜ ਕਰਦੇ ਸਾਰੇ ਵਧੀਆ ਹੋ ਗਏ, ਠੀਕ ਠਾਕ ਹੋ ਗਏ। ਅਤੇ ਆਪਾਂ ਆ ਗਏ ਹਾਂ ਜੀ ਅੱਜ ਮਾਸਟਰ ਕੇਜ ਸਾਡੇ ਬਜਿਸ ਦੇ ਕੇਜ ਵਿੱਚ। ਅਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਬੈਕ ਸਾਈਡ 'ਤੇ ਸਾਰੀਆਂ ਬਜਿਸ, ਅਤੇ ਇਹਨਾਂ ਨੇ ਆਂਡੇ ਦੇਣ ਦੀ ਤਿਆਰੀ ਪੂਰੀ ਕੀਤੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਸਾਰਿਆਂ ਨੇ ਆਪੋ ਆਪਣੀਆਂ ਕੁੱਜੀਆਂ ਮੰਨੀਆਂ ਹੋਈਆਂ ਵਾ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਆ। ਸੋ ਸਾਰਿਆਂ ਨੇ ਹੀ ਮਟਕੀਆਂ ਮੰਨਣੀਆਂ ਸਟਾਰਟ ਕਰ ਦਿੱਤੀਆਂ ਵਾ, ਕੋਈ ਨੈਸਟਿੰਗ ਇਹਦੇ ਵਿੱਚ ਵੀ ਕਰਦੀਆਂ ਪਈਆਂ ਵਾ, ਜਿਵੇਂ ਕਿ ਇਹ ਹੋ ਗਈਆਂ, ਇਹਨਾਂ ਵਿੱਚ ਵੀ ਨੈਸਟਿੰਗ ਕਰਦੀਆਂ ਪਈਆਂ ਵਾ। ਇਹ ਵਾਲਾ ਵਾ ਇਧਰਲੀ ਸਾਈਡ 'ਤੇ, ਇਹਦੇ ਵਿੱਚ ਵੀ ਨੈਸਟਿੰਗ ਕਰਦੀਆਂ ਪਈਆਂ। ਪਾਣੀ ਚੇਂਜ ਕਰਨਾ ਸੀ, ਪਾਣੀ ਚੇਂਜ ਕਰ ਦਿੱਤਾ ਵਾ। ਅਤੇ ਇੱਥੇ ਆਪਾਂ ਕੰਗਣੀ ਪਾ ਦਿੱਤੀ ਹੈ, ਅਤੇ ਨਾਂ ਰੱਖਿਆ ਜੀ ਪਾਕਿਸਤਾਨੀ ਨਮਕ, ਤਾਂ ਕਿ ਇਹਨੂੰ ਜਦੋਂ ਇਹਨਾਂ ਦਾ ਹਾਜ਼ਮਾ ਹਾਜ਼ਮਾ ਸੈੱਟ ਰਹਿੰਦਾ ਵਾ, ਜਦੋਂ ਇਹਨੂੰ ਚੜ੍ਹਦੀਆਂ ਜੁੜਦੀਆਂ ਰਹਿੰਦੀਆਂ ਨਾਲੇ। ਬਾਕੀ ਮੈਨੂੰ ਇਹਨਾਂ ਬਾਰੇ ਜਦ ਦੱਸਦੇ ਰਿਹਾ ਕਰੋ ਬਜਿਸ ਬਾਰੇ, ਵੀ ਬਜਿਸ ਨੂੰ ਹੋਰ ਆਪਾਂ ਕੰਗਣੀ ਤੋਂ ਇਲਾਵਾ ਕਿਹੜੀ ਚੀਜ਼ ਦਈਏ ਯਾਰ? ਕੰਗਣੀ ਆਪਾਂ ਦੇ ਦਿੰਦੇ ਰਹਿੰਦੇ ਹਾਂ, ਅਤੇ ਕੰਗਣੀ ਤੋਂ ਇਲਾਵਾ ਵੀ ਕੁਝ ਦਿੰਦੇ ਹਾਂ ਕਿ ਜਾਂ ਕੰਗਣੀ ਇਕੱਲੀ ਦੇਣੀ ਹੁੰਦੀ ਆ? ਆ ਗਏ ਹਾਂ ਜੀ ਕੇਜ ਤੋਂ ਬਾਹਰ, ਅਤੇ ਇਹਦੇ ਸਾਡੇ ਕਬੂਤਰ ਕੱਢੇ ਹੋਏ ਆ, ਤਾਂ ਕਬੂਤਰ ਸਾਡੇ ਬਿਲਕੁਲ ਸੈੱਟ ਵਾ ਜੀ ਸਾਰੇ, ਜਿਹੜੀ ਆਪਾਂ ਸਾਰਿਆਂ ਨੂੰ ਪੁੱਟਿਆ ਸੀ, ਅਤੇ ਉਹ ਬਿਲਕੁਲ ਕਬੂਤਰ ਸਾਡੇ ਬਿਲਕੁਲ ਸਹੀ ਸਲਾਮਤ ਆ ਜੀ, ਸਲਾਮਤ ਆ ਜੀ, ਠੀਕ ਠਾਕ ਆ ਜੀ। ਅਤੇ ਆਪਾਂ ਇਹਨਾਂ 'ਤੇ ਸਰੋਂ ਲੈ ਕੇ ਆਏ ਹਾਂ, ਸਰੋਂ ਇਹਨਾਂ ਨੂੰ ਪਾਈ ਹੋਈ ਆ, ਨਾਲ ਕਣਕ, ਕਣਕ ਇਹਨਾਂ ਦੀ ਇੱਦਾਂ ਹੀ ਪਈ ਹੋਈ ਹੈ, ਅਤੇ ਸਰੋਂ ਇਹਨਾਂ ਨੇ ਖਾ ਲਈ ਆ ਸਾਰੀ ਚੱਕ ਕੇ। ਬਾਕੀ ਇੱਕ ਗੱਲ ਹੋਰ ਕਿ ਇਹਨਾਂ ਨੂੰ ਬਾਜਰਾ ਨਹੀਂ ਨਾ ਪਾਈ ਦਾ, ਉਹ ਦੱਸ ਦਿਓ ਮੈਨੂੰ ਵੀ, ਹੁਣ ਕਹਿੰਦੇ ਬਾਜਰਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਗਰਮ ਹੁੰਦਾ ਵਾ ਬਾਜਰਾ। ਸੋ ਬਾਜਰਾ ਵੀ ਮੇਰੇ ਕੋਲ ਪਿਆ ਵਾ, ਜੇ ਇਹਨਾਂ ਨੂੰ ਪਾ ਸਕਦੇ ਹਾਂ ਤਾਂ ਉਹ ਆਪਾਂ ਪਾ ਲਿਆ ਕਰੀਏ ਕਿ ਜਾਂ ਨਾ ਪਾਈਏ, ਸੋ ਜ਼ਰੂਰ ਮੈਨੂੰ ਕਮੈਂਟਾਂ 'ਚ ਦੱਸ ਦਿਓ। ਸਵੇਰੇ ਕਬੂਤਰ ਆਇਆ ਸੀ, ਆਪਾਂ ਉਹਨੂੰ ਕਾਫੀ ਫੜਨ ਦੀ ਕੋਸ਼ਿਸ਼ ਕੀਤੀ ਅਤੇ ਲੇਕਿਨ ਨਹੀਂ ਫੜਿਆ ਗਿਆ, ਅਤੇ ਹੁਣ ਤੱਕ ਦੱਸ ਦੇ ਵੀ ਸ਼ਾਮਾਂ ਪੈ ਗਈਆਂ ਵਾ, 5 5:30 ਦਾ ਟਾਈਮ ਹੋ ਗਿਆ, ਅਤੇ ਹਾਲੇ ਤੱਕ ਕਬੂਤਰ ਇੱਥੇ ਫਿਰਦਾ ਪਿਆ, ਅਤੇ ਤੁਹਾਨੂੰ ਮੈਂ ਦਿਖਾਉਂਦਾ ਹਾਲੇ ਵੀ ਇਹ ਸਾਹਮਣੇ ਬੈਠਾ ਹੋਇਆ ਵਾ, ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦਾ ਵਾਂ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਉੱਪਰ ਜਿਹੜਾ ਦੋ ਬੈਠੇ ਹੋਏ ਨੇ ਜਾਨਵਰ, ਇੱਕ ਇਹਨਾਂ 'ਚ ਕਬੂਤਰ ਵਾ, ਅਤੇ ਇੱਕ ਸ਼ਾਇਦ ਕੋਈ ਗੋਲਾ ਕਬੂਤਰ ਬੈਠਾ ਵਾ, ਅਤੇ ਹਾਲੇ ਤੱਕ ਇੱਥੇ ਹੀ ਫਿਰਦਾ ਪਿਆ ਵਾ, ਅਤੇ ਆਪਾਂ ਉਹ 'ਚ ਬਾਅਦ ਵਿੱਚ ਕੋਈ ਨਹੀਂ ਕੋਸ਼ਿਸ਼ ਕੀਤੀ ਵੀ ਇਹਨੂੰ ਫੜੀਏ। ਰੈਬਟਾਂ ਦੀ ਗੱਲ ਕਰੀ ਤਾਂ ਰੈਬਟ ਆਪਾਂ ਖੋਲ੍ਹੇ ਅਤੇ ਹੁਣੇ ਬੰਦ ਕੀਤੇ, ਤੁਸੀਂ ਦੇਖ ਸਕਦੇ ਹੋ, ਅਤੇ ਅੰਦਰੇ ਇਹਨਾਂ ਨੂੰ ਕਣਕ ਵੀ ਪਾਈ ਹੋਈ ਆ, ਅਤੇ ਪੱਠੇ ਵੀ ਇਹਨਾਂ ਦੇ ਪਾ ਦਿੱਤੇ ਅੰਦਰੇ ਹੀ, ਅਤੇ ਬੜੇ ਆਰਾਮ ਨਾਲ ਅੰਦਰ ਖਾ ਰਹੇ ਆ, ਤੁਹਾਨੂੰ ਇੱਕ ਵਾਰੀ ਖੋਲ੍ਹ ਕੇ ਵੀ ਦਿਖਾ ਦਿੰਦੇ ਹਾਂ। ਵਿਛਲਾਂ ਇਹਨਾਂ ਦੀ ਉਸੇ ਵੇਲੇ ਚਾਲੂ ਹੋ ਜਾਂਦੀਆਂ, ਆਹ ਦੇਖੋ ਜੀ, ਲਓ ਜੀ ਕਰੋ ਚੈੱਕ, ਅਤੇ ਬਹੁਤ ਹੀ ਬੜੇ ਹੀ ਵਧੀਆ ਲੱਗਦੇ ਨੇ, ਬੜੇ ਪਿਆਰੇ ਲੱਗਦੇ ਯਾਰ। ਇਹਨਾਂ ਨੇ ਬੱਚਿਆਂ ਬੁੱਚਿਆਂ ਦਾ ਕੋਈ ਸਿਸਟਮ ਨਹੀਂ, ਸਮਝ ਨਹੀਂ ਆਈ ਵੀ ਅਜੇ ਤੱਕ ਇਹਨਾਂ ਨੇ ਕਿਸਨੇ ਨਹੀਂ ਬੱਚੇ ਨਹੀਂ ਦਿੱਤੇ ਯਾਰ। ਮੇਰੇ ਹਿਸਾਬ ਨਾਲ ਜਿਹੜੀਆਂ ਗਿੰਨੀ ਪਿੱਗ ਵਾ, ਇੱਕ ਤਾਂ ਮੈਨੂੰ ਲੱਗਦਾ ਵੀ ਦੋਨੋਂ ਕਿਤੇ ਫੀਮੇਲ ਨਾਲ ਤਾਂ ਨਹੀਂ ਹੈਗੀਆਂ, ਮੈਨੂੰ ਇਹ ਵੀ ਨਹੀਂ ਸਮਝ ਲੱਗਦੀ ਯਾਰ ਬਈ ਇਹਨਾਂ ਦੀ, ਕਿਉਂਕਿ ਇਹਨੂੰ ਹੁਣ ਤੱਕ ਬੱਚੇ ਫੇਰ ਦੇ ਦੇਣੇ ਚਾਹੀਦੇ ਸੀ, ਕਾਫੀ ਟਾਈਮ ਤੋਂ ਸਾਡੇ ਕੋਲ ਆ, ਅਤੇ ਨਾ ਹੀ ਰੈਬਿਟ ਦੇ ਵਿੱਚੋਂ ਕਿਸੇ ਨੇ ਕੋਈ ਬੱਚਾ ਦਿੱਤਾ ਵਾ ਯਾਰ। ਇੱਕ ਮਿੰਟ ਆਹ ਕਿਤਾ ਬਲੱਡ, ਇੱਕ ਮਿੰਟ ਪਾਓ ਸਾਈਡ 'ਤੇ, ਆਹ ਕਿਤਾ ਬਲੱਡ ਪਿਆ ਬਈ, ਓਹੋ ਯਾਰ ਇਹ ਕਿੰਨਾ ਬਲੱਡ ਵੱਗ ਗਿਆ ਯਾਰ। ਇੱਕ ਮਿੰਟ ਇਹਨੂੰ ਰੈਬਿਟ ਨੂੰ ਚੈੱਕ ਕਰਨਾ ਪੈਣਾ, ਇਹਦੀ ਪੂਛ 'ਚੋਂ ਵੀ ਨਿਕਲਦਾ ਸੀ। ਨਹੀਂ ਉਹ ਯਾਰ ਛਿੱਟੇ ਪੈ ਰਹੇ ਇੱਧਰੋਂ ਕਿਤੇ, ਓਹੋ ਆਹ ਦੇਖੋ ਮੇਰੇ ਹੱਥ 'ਤੇ ਵੀ ਯਾਰ ਇੱਧਰੋਂ, ਇੱਕ ਮਿੰਟ ਯਾਰ ਇੱਧਰੋਂ ਨਾ ਕਿੰਨੇ ਸਿਰ ਹਿਲਾਇਆ ਸ਼ਾਇਦ ਉਹ ਪਿਛਲੀ ਸਾਈਡ 'ਤੇ, ਇਹ ਗਿੰਨੀ ਪਿੱਗ ਉਹਨੇ ਰੈਬਿਟ ਆ ਸ਼ਾਇਦ ਫੀਮੇਲ ਯਾਰ, ਉਹਦਾ ਬਲੱਡ ਵਗਦਾ ਪਿਆ, ਆਹ ਦੇਖੋ ਉਹਨੇ ਜੋ ਛਿੱਟੇ ਪਏ ਨੇ ਮੇਰੇ ਮੂੰਹ 'ਤੇ ਵੀ, ਫੇਸ 'ਤੇ ਵੀ ਪਏ ਸ਼ਾਇਦ, ਮੈਂ ਆਹ ਦੇਖੋ ਸ਼ਾਇਦ ਇੱਥੇ ਮੇਰੇ ਫੇਸ 'ਤੇ ਪਏ ਲੱਗਦਾ ਮੈਨੂੰ, ਅਤੇ ਮੇਰੇ ਹੱਥ 'ਤੇ ਵੀ ਪਏ ਹੋਏ, ਤੁਸੀਂ ਦੇਖ ਸਕਦੇ ਹੋ ਯਾਰ, ਇਹ ਚੈੱਕ ਕਰਨਾ ਪਏਗਾ। ਓ ਯਾਰ ਕਾਫੀ ਬਲੱਡ ਵਗਿਆ ਹੋਇਆ ਵਾ ਇੱਥੇ, ਦੇਖ ਸਕਦੇ ਤੁਸੀਂ, ਮੈਂ ਇੱਕ ਵਾਰੀ ਚੈੱਕ ਕਰਦਾ ਸਾਰਿਆਂ ਨੂੰ ਯਾਰ, ਇਹਦੇ 'ਤੇ ਨਹੀਂ ਕਿਤੇ, ਹਾਂ ਓਹੋ ਓਏ ਹੋਏ
ਯਾਰ ਇਸੇ ਫੀਮੇਲ ਦੇ ਵਗਦਾ ਪਿਆ ਬਲੱਡ, ਆਪਾਂ ਦੇਖਦੇ ਹਾਂ ਫੜ ਕੇ ਯਾਰ ਰੈਬਿਟ ਜਦੋਂ ਆ ਜਾਂਦਾ ਉਹ ਇਹ ਯਾਰ ਪੈਂਦਾ ਅੱਗਿਓਂ, ਜਦੋਂ ਮੈਂ ਹੱਥ ਲਾਉਂਦਾ ਤਾਂ ਉਹ ਦੇਖ ਉਸੇ ਵੇਲੇ ਆ ਕੇ ਨਾ ਮਾਰਨ ਦੀ ਕੋਸ਼ਿਸ਼ ਕਰਦਾ ਵਾ, ਅਤੇ ਮੈਨੂੰ ਇਹਨੂੰ ਭਜਾਉਣਾ ਪੈਣਾ ਪਹਿਲੂ, ਅਤੇ ਫਿਰ ਆਪਾਂ ਉਹਨੂੰ ਫੜਦੇ ਹਾਂ। ਅਤੇ ਯਾਰ ਇਹਨਾਂ ਦੇ ਵਿੱਚੋਂ ਨਾ ਕਿਸੇ ਦਾ ਬਲੱਡ ਵਗਿਆ ਹੋਇਆ, ਤੁਸੀਂ ਦੇਖ ਸਕਦੇ ਹੋ ਆਹ ਵੇਖੋ ਕਿਹਦਾ ਬਲੱਡ ਵਗਿਆ ਯਾਰ। ਓਏ 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 ਯਾਰ, ਇੱਕ ਤਾਂ ਕਿਸੇ ਨੂੰ ਨਹੀਂ ਚੈੱਕ ਕਰਨ ਦਿੰਦਾ ਨਾ, ਇਹ ਵਾਲਾ ਸਾਰਿਆਂ ਨੂੰ ਰੈਬਿਟ ਮਾਰਦਾ, ਪਹਿਲਾਂ ਤਾਂ ਇਹਨੂੰ ਆਪਾਂ ਨੂੰ ਸਾਈਡ 'ਤੇ ਕਰਨਾ ਪੈਣਾ ਵਾ, ਅਤੇ ਫਿਰ ਆਪਾਂ ਕਿਸੇ ਨੂੰ ਵੀ ਚੈੱਕ ਕਰ ਸਕਦੇ ਹਾਂ। ਯਾਰ ਕਿਹਦਾ ਹੋ ਸਕਦਾ ਯਾਰ, ਇਹਦੇ ਤਾਂ ਨਹੀਂ ਕਿਤੇ ਵਗਦਾ ਪਿਆ ਨਾ, ਨਹੀਂ ਵਗਦਾ ਪਿਆ ਹੈਗਾ ਯਾਰ। ਇਹ ਰੈਬਿਟ ਦਾ ਬਹੁਤ ਖਤਰਾ ਸਾਨੂੰ ਰਹਿੰਦਾ ਵਾ, ਅਤੇ ਉਹ ਫੀਮੇਲ ਦੇਖ ਸਕਦੇ ਹਾਂ ਕਿਤੇ ਇਹਨਾਂ ਦੀ ਲੜਾਈ ਲੜੂਈ ਹੋਈ ਮੇਰੇ ਸਾਹ ਨਾਲ, ਤਾਂ ਉਹਦਾ ਕਰਕੇ ਬਲੱਡ ਵਗਿਆ ਹੋਇਆ ਪੂਰਾ, ਅਤੇ ਸਾਨੂੰ ਚੈੱਕ ਕਰਨਾ ਪਏਗਾ ਵੀ ਬਲੱਡ ਵਗਿਆ ਹੋਇਆ ਵਾ। ਅਤੇ ਤੁਸੀਂ ਦੇਖਿਆ ਕਿ ਕਾਫੀ ਥੱਲੇ ਡੁੱਲਾ ਵਾ, ਅਤੇ ਇਹਨਾਂ ਵਿੱਚੋਂ ਕਿਸੇ ਦਾ ਜਾਂ ਲੜਾਈ ਹੋਈ ਹੈ, ਕਿਸੇ ਨਦੀ ਨੁੰਦੀ ਵੜਦੀ, ਜਾਂ ਫਿਰ ਉੱਦਾਂ ਕਿਤੇ ਦੇਖਣਾ ਪੈਣਾ ਸਾਨੂੰ ਜ਼ਰੂਰੀ ਹੈ, ਕਿਉਂਕਿ ਪਤਾ ਨਹੀਂ ਕਿੰਨੀ ਕੁ ਸੱਟ ਲੱਗੀ ਹੋਈ, ਅਤੇ ਮੈਂ ਉਹਨਾਂ ਫੀਮੇਲਾਂ 'ਚੋਂ ਦੋਨਾਂ 'ਚੋਂ ਦੇਖਦਾ ਵਾਂ, ਇੱਕ ਵਾਰੀ ਲੱਗ ਗਏ ਹੋਣਗੇ ਤਾਂ ਫਿਰ ਦੇਖਦੇ ਹਾਂ। ਯਾਰ ਇਹ ਤੋਂ ਡਰ ਹੁੰਦਾ ਬਿਲਕੁਲ, ਆਹ ਦੇਖੋ ਕਿ ਉਹ ਪੈਂਦਾ ਵਾ, ਆਹ ਦੇਖੋ ਸਹੀ ਹੈ ਯਾਰ, ਇਹਦੇ ਬਲੱਡ ਵਗਦਾ ਪਿਆ, ਤੁਸੀਂ ਦੇਖ ਸਕਦੇ ਹੋ ਕਿ ਇਹਦੇ ਬਲੱਡ ਵਗਦਾ ਪਿਆ ਵਾ, ਅਤੇ ਪਤਾ ਨਹੀਂ ਜਦੋਂ ਮੇਲ ਲੱਗ ਗਿਆ ਹੁੰਦਾ ਨਾ, ਆਹ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਫੜ ਨਹੀਂ ਦਿੰਦਾ ਪਿਆ, ਉਸ ਵੇਲੇ ਫੜ ਕੇ ਅੱਗੇ ਮਾਰਨ ਦੀ ਕੋਸ਼ਿਸ਼ ਕਰਦਾ ਵਾ, ਦੇਖੋ ਹੱਥ ਨਹੀਂ ਲਾਉਣ ਦਿੰਦਾ ਫੀਮੇਲ ਨੂੰ। ਉਹ ਯਾਰ ਉਹਦੇ ਬਲੱਡ ਕਾਫੀ, ਉਹ ਹਾਂ ਦੇਖ ਸਕਦੇ ਹੋ ਤੁਸੀਂ ਬਲੱਡ ਕਾਫੀ ਵਗਦਾ ਪਿਆ ਯਾਰ ਉਹਦੇ, ਹਾਂਜੀ ਉਹਦੇ ਕਾਫੀ ਬਲੱਡ ਵਗਦਾ ਪਿਆ। ਤੁਸੀਂ ਦੇਖਿਆ ਕਿ ਇੱਥੇ ਵੀ ਜਦੋਂ ਆਪਾਂ ਨੂੰ ਫੜ ਕੇ ਬਾਹਰ ਕੱਢਿਆ ਤਾਂ ਤੁਸੀਂ ਦੇਖ ਸਕਦੇ ਇੱਥੇ ਵੀ ਕਾਫੀ ਬਲੱਡ ਵਗਦਾ ਪਿਆ ਵਾ, ਅਤੇ ਯਾਰ ਇਹ ਨਹੀਂ ਪਤਾ ਵੀ ਹੁਣ ਕੀ ਚੱਕਰ ਹੈ, ਕੀ ਪ੍ਰੋਬਲਮ ਆ, ਅਤੇ ਆਪਾਂ ਨੂੰ ਛੱਡ ਦਿੱਤਾ, ਕਿਉਂਕਿ ਜਦੋਂ ਆਪਾਂ ਫੀਮੇਲ ਨੂੰ ਫੜਦੇ ਹਾਂ ਤਾਂ ਰੈਬਿਟ ਜਿਹੜਾ ਵਾ ਉਸੇ ਵੇਲੇ ਆ ਕੇ ਵੜਦਾ ਵਾ, ਕਿ ਦੁਨੀਆ ਵੜਦਾ ਵਾ, ਅਤੇ ਜ਼ਿਆਦਾ ਚਿਰ ਆਪਾਂ ਫੜ ਨਹੀਂ ਸਕਦੇ ਹੈਗੇ, ਸੋ ਬਹੁਤ ਜ਼ਿਆਦਾ ਬਚਾ ਕੇ ਕੋ ਸਾਨੂੰ ਫੀਮੇਲ ਨੂੰ ਫੜਨਾ ਪਿਆ ਸੀ। ਇੱਥੇ ਦੇਖ ਸਕਦੇ ਤੁਸੀਂ ਵੀ ਜਿਵੇਂ ਉਹਨੇ ਆਪਣੀ ਜੱਤ ਜੀ ਉਤਾਰੀ ਹੁੰਦੀ ਹੈ ਨਾ, ਹੈ ਵੀ ਵਾਈਟ ਵਾਲੇ ਵੀ ਹੈ, ਸੋ ਪਤਾ ਨਹੀਂ ਯਾਰ ਇਹਨੇ ਕਿਤੇ ਬੱਚੇ ਬੁੱਚੇ ਤਾਂ ਨਹੀਂ ਦੇਤੇ, ਇਹ ਵੀ ਨਹੀਂ ਪਤਾ ਕੁਝ, ਸੋ ਪਤਾ ਨਹੀਂ ਯਾਰ। ਯਾਰ ਇਹ ਉਸੇ ਵੇਲੇ ਇਹ ਆ ਜਾਂਦਾ ਵਾ ਅਤੇ ਡਰ ਹੀ ਲੱਗਦਾ ਹਨ, ਅਤੇ ਆਹ ਦੇਖੋ ਫਿਰ ਚਲ ਗਿਆ ਬਾਹਰ, ਸੋ ਇੱਥੇ ਕਿਤੇ ਹੋ ਸਕਦਾ ਜਾਂ ਬੱਚੇ ਇਹਨੇ ਦਿੱਤੇ ਹੋਣ, ਕੋਈ ਕਹਿ ਨਹੀਂ ਸਕਦੇ। ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ, ਪਹਿਲਾਂ ਤਾਂ ਆਪਾਂ ਇਹਨੂੰ ਫੜ ਗਏ ਅਤੇ ਬਾਹਰ ਕਰਦੇ ਹਾਂ, ਯਾਰ ਆਪਾਂ ਹੁਣੇ ਦੇਖ ਲੈਂਦੇ ਹਾਂ ਜੇ ਕੋਈ ਬੱਚਿਆਂ ਬੁੱਚਿਆਂ ਵਾਲੀ ਕੋਈ ਗੱਲ ਹੋਈ ਨਾ, ਅਤੇ ਹੁਣੇ ਪਤਾ ਲੱਗ ਜਾਣਾ ਵਾ, ਅਤੇ ਨਹੀਂ ਇੱਥੇ ਨਹੀਂ ਕੁਝ ਵੀ ਦਿੱਤਾ ਹੈਗਾ, ਵੈਸੇ ਲੱਗਦਾ ਜਾਂ ਝਗੜਾ ਝੁਗੜਾ ਹੋ ਗਿਆ ਅਤੇ ਜਾਂ ਫਿਰ। ਓਏ ਵਾਹ ਯਾਰ, ਓਹੋ ਕਿਆ ਬਾਤ ਹੈ ਯਾਰ, ਓ ਯਾਰ ਫੀਮੇਲ ਨੇ ਬੱਚੇ ਦੇ ਦਿੱਤੇ ਯਾਰ, ਕਿਆ ਬਾਤ ਹੈ, ਇੱਕ ਦੋ ਤਿੰਨ ਚਾਰ ਪੰਜ ਯਾਰ, ਪੰਜ ਬੱਚੇ ਦਿੱਤੇ ਯਾਰ। ਮੈਂ ਵੀ ਕਹਿ ਰਿਹਾ ਵੀ ਕੋਈ ਨਾ ਕੋਈ ਚੱਕਰ ਹੈਗਾ ਵਾ, ਜਾਂ ਤਾਂ ਕਿਸੇ ਨੇ ਲੜਾਈ ਲੜੀ ਹੋਈ ਆ, ਅਤੇ ਜਾਂ ਫਿਰ ਉਹਨੇ ਬੱਚੇ ਦਿੱਤੇ ਆ, ਅਤੇ ਉਹੀ ਗੱਲ ਹੈ ਪੰਜ ਬੱਚੇ ਦਿੱਤੇ ਹੋਏ, ਅਤੇ ਫਿਰ ਤਾਂ ਮੈਂ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕਰਦਾ ਵਾਂ। ਆਪਾਂ ਜਿਹੜਾ ਰੈਬਿਟ ਆ ਨਾ ਫੀਮੇਲ ਜਿਹੜਾ ਹੈਗਾ ਵਾ, ਉਹ ਆਪਾਂ ਬਾਹਰ ਹੀ ਛੱਡਿਆ ਹੋਇਆ ਵਾ, ਦੇਖ ਸਕਦੇ ਤੁਸੀਂ, ਅਤੇ ਤਾਂ ਆਪਾਂ ਅੰਦਰ ਵੜ ਸਕੇ ਹਾਂ ਯਾਰ, ਬੜੀ ਖੁਸ਼ੀ ਵਾਲੀ ਗੱਲ ਆ ਯਾਰ। ਉਹ ਦੇਖ ਸਕਦੇ ਤੁਸੀਂ ਪੰਜ ਬੱਚੇ ਆ ਯਾਰ, ਸਹੀ ਗੱਲ ਯਾਰ, ਬੜੀ ਖੁਸ਼ੀ ਹੋ ਰਹੀ ਆ, ਮਟਕਿਆਂ ਦੇ ਵਿੱਚ ਬੱਚੇ ਦਿੱਤੇ ਯਾਰ, ਬਹੁਤ ਵਧੀਆ ਲੱਗਾ, ਬਹੁਤ ਹੀ ਵਧੀਆ ਲੱਗਾ ਯਾਰ, ਬੜੀ ਖੁਸ਼ੀ ਵਾਲੀ ਗੱਲ ਆ। ਆਪਾਂ ਬਾਹਰ ਨਿਕਲਦੇ ਹੁਣ ਇੱਕ ਵਾਰੀ, ਯਾਰ ਕਬੂਤਰ ਨੂੰ ਛੱਡੋ ਤੁਸੀਂ ਸਾਈਡ 'ਤੇ, ਅਤੇ ਯਾਰ ਸਾਡੀ ਫੀਮੇਲ ਨੇ ਯਾਰ ਰੈਬਿਟ ਨੇ ਬੱਚੇ ਦਿੱਤੇ ਯਾਰ, ਬੜਾ ਖੁਸ਼ੀ, ਬੜੀ ਖੁਸ਼ੀ ਹੋ ਰਹੀ ਯਾਰ, ਬੜਾ ਮਜ਼ਾ ਆਇਆ ਯਾਰ, ਪੰਜ ਬੱਚੇ ਦਿੱਤੇ ਯਾਰ, ਬਹੁਤ ਹੀ ਵਧੀਆ ਲੱਗਾ। ਪਹਿਲੀ ਵਾਰ ਸਾਡੀ ਮਟਕੀ ਵਿੱਚ ਇੱਕ ਫੀਮੇਲ ਮਖੀ ਰੈਬਿਟ ਨੇ ਬੱਚੇ ਦਿੱਤੇ ਯਾਰ, ਬਹੁਤ ਵਧੀਆ ਲੱਗਾ। ਸੋ ਯਾਰ ਮੈਂ ਹਾਲੇ ਕਰਨ ਨੂੰ ਦੱਸੂੰਗਾ ਨਾ ਯਾਰ, ਕਰਨ ਨੇ ਤਾਂ ਕਹਿਣਾ ਵੀ ਯਾਰ ਉਹਨੇ ਖੁਸ਼ ਇੰਨਾ ਹੋਣਾ ਯਾਰ, ਬਹੁਤ ਜ਼ਿਆਦਾ, ਪਰ ਇਹ ਦਿਨ ਬਹੁਤ ਵਧੀਆ ਵਾ। ਸੋ ਉਮੀਦ ਕਰਦੇ ਕਿ ਸਹੀ ਸਲਾਮਤ, ਇਹੀ ਗੱਲ ਅਰਦਾਸ ਕਰਦੇ ਹਾਂ ਮਾਲਕ ਅੱਗੇ ਵੀ ਇਹਨੂੰ ਸਹੀ ਸਲਾਮਤ ਮਤਲਬ ਜ਼ਿੰਦਗੀ ਬਖਸ਼ੇ। ਅਤੇ ਯਾਰ ਮੈਂ ਦੱਸਾਂ ਬੜਾ ਖੁਸ਼ ਹੋਣਾ ਯਾਰ ਉਹਨੇ, ਅਤੇ ਯਾਰ ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਯਾਰ। ਅਤੇ ਆਪਾਂ ਕਬੂਤਰ ਖੋਲ੍ਹੇ ਹੋਏ ਆ,
ਠੀਕ ਹੈ ਜੀ। ਫਿਰ ਤੁਹਾਨੂੰ ਦਿਖਾ ਦਿੰਦੇ ਕਬੂਤਰ ਖੋਲ੍ਹੇ ਆ, ਅਤੇ ਜਿਹੜਾ ਆਇਆ ਸੀ ਵਾਰਾ ਕਬੂਤਰ ਯਾਰ, ਉਹਨੂੰ ਆਪਾਂ ਛੱਡ ਦਿੱਤਾ। ਵਾਰਾ ਕਬੂਤਰ ਘੁੰਮਦਾ ਪਿਆ, ਇੰਨੇ ਕੁ ਏਰੀਆ 'ਚ ਬਹੁਤ ਘੁੰਮਦਾ ਪਿਆ ਵਾ, ਅਤੇ ਆਪਾਂ ਉਹਨੂੰ ਛੱਡ ਦਿੱਤਾ ਸਾਈਡ 'ਤੇ। ਖੋਲ੍ਹ ਦਿੰਦੇ ਜੀ ਮੁਰਗੇ, ਅਤੇ ਨਾਲ ਸਾਡੀਆਂ ਬੱਤਕਾਂ, ਅਤੇ ਉਹ ਵੀ ਖੋਲ੍ਹ ਦਿੰਦੇ ਹਾਂ। ਅਤੇ ਜੋ ਬਜੀ ਸਪਿੰਚਸ, ਉਹਨਾਂ ਨੂੰ ਆਪਾਂ ਦਾਣੇ ਦੂਣੇ ਪਾ ਦਿੱਤੇ ਸੀ, ਤੁਸੀਂ ਦੇਖ ਲਿਆ, ਬਾਕੀ ਉਹਨਾਂ ਨੂੰ ਆਪਾਂ ਕੰਗਣੀ ਪਾ ਦਿੱਤੀ ਸੀ, ਅਤੇ ਸਾਰੀਆਂ ਬੈਠੀਆਂ ਬੜੇ ਮਜ਼ੇ ਨਾਲ। ਅਤੇ ਇੱਧਰ ਸਾਡੇ ਯਾਰ, ਇੱਧਰ ਸਾਡੀ ਮੁਰਗੀ ਨੇ ਅੱਜ ਆਂਡਾ ਨਹੀਂ ਦਿੱਤਾ ਹੈਗਾ ਯਾਰ, ਇੱਧਰ ਸਾਡੀ ਮੁਰਗੀ ਨੇ ਆਂਡਾ ਨਹੀਂ ਦਿੱਤਾ ਹੈਗਾ, ਤੁਸੀਂ ਦੇਖ ਸਕਦੇ ਹੋ। ਕੱਲ੍ਹ ਇਹਨੇ ਦਿੱਤਾ ਸੀ, ਨਹੀਂ ਦਿੱਤਾ ਸੀ, ਅਤੇ ਅੱਜ ਇਹਨੇ ਦੇਣਾ ਸੀ, ਲੇਕਿਨ ਅਜੇ ਤੱਕ ਨਹੀਂ ਦਿੱਤਾ ਹੈਗਾ। ਅਤੇ ਚਲੋ ਕੋਈ ਗੱਲ ਨਹੀਂ ਯਾਰ, ਅੱਜ ਕੋਈ ਗੱਲ ਨਹੀਂ, ਅੱਜ ਮੈਨੂੰ ਇੰਨੀ ਖੁਸ਼ੀ ਆ ਯਾਰ, ਕੋਈ ਗੱਲ ਨਹੀਂ, ਆਂਡਾ ਦਿੱਤਾ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ ਯਾਰ, ਮੈਨੂੰ ਰੈਬਿਟ ਦੀ ਯਾਰ ਬੜੀ ਖੁਸ਼ੀ ਹੋ ਰਹੀ ਆ। ਆਪਾਂ ਕਰਦੇ ਹਾਂ ਇੱਦਾਂ ਕਿ ਕਰਨ ਨੂੰ ਕਰਦੇ ਹਾਂ ਫੋਨ, ਤਾਂ ਦੇਖੋ ਹੁਣ ਉਸੇ ਵੇਲੇ ਭੱਜੇ ਆਉਣਾ ਵਾ। ਵੈਸੇ ਮੈਂ ਦੋ ਫੋਨ ਕੀਤੇ ਤਾਂ ਨਹੀਂ ਆਇਆ, ਲੇਕਿਨ ਮੈਂ ਆਹ ਖੁਸ਼ਖਬਰੀ ਦਊਂਗਾ, ਅਤੇ ਮੇਰੇ ਹਿਸਾਬ ਨਾਲ ਜ਼ਰੂਰ ਭੱਜਾਊਗਾ। ਅਤੇ ਆਪਾਂ ਇੱਦਾਂ ਕਰਦੇ ਹਾਂ ਫੋਨ, ਅਤੇ ਫਿਰ ਦਿਖਾਉਂਦੇ ਤੁਹਾਨੂੰ ਉਹਨਾਂ ਨੇ ਕੀ ਰਿਐਕਸ਼ਨ ਹੁੰਦਾ, ਠੀਕ ਹੈ ਜੀ। ਆਪਾਂ ਕਰ ਦਿੱਤਾ ਜੀ ਕਰਨ ਨੂੰ ਫੋਨ, ਅਤੇ ਕਰਨ ਨੂੰ ਇਹ ਕਿਹਾ ਵੀ ਕਰਨ ਤੇਰੇ 'ਤੇ ਸਰਪ੍ਰਾਈਜ਼ ਆ, ਅਤੇ ਜਦੋਂ ਆਏਗਾ ਆਪਾਂ ਉਹਨੂੰ ਫਿਰ ਦੱਸਾਂਗੇ ਕੀ ਸਰਪ੍ਰਾਈਜ਼ ਆ। ਵੈਸੇ ਕਾਫੀ ਖੁਸ਼ੀ ਜੀ ਵਿੱਚ ਲੱਗਦਾ ਹੈ ਮੈਨੂੰ, ਅਤੇ ਉਹਨੂੰ ਹੁਣ ਆ ਕੇ ਯਾਰ ਇਹਨੇ ਕਬੂਤਰ ਫੜਿਆ ਵਾ ਜਾਂ ਕੋਈ ਹੋਰ ਚੀਜ਼ ਲਿਆਂਦੀ ਹੋਏਗੀ, ਪਰ ਇਹਨੂੰ ਇਹ ਨਹੀਂ ਪਤਾ ਕਿ ਸਾਡੀ ਫੀਮੇਲ ਰੈਬਿਟ ਨੇ ਬੱਚੇ ਦਿੱਤੇ ਹੋਏ ਆ। ਅਤੇ ਯਾਰ ਉਹ ਵੀ ਬਹੁਤ ਖੁਸ਼ ਹੈਗਾ, ਤੁਸੀਂ ਦੇਖਣਾ ਕਿ ਆਪਾਂ ਖੋਲ੍ਹ ਦਿੰਦੇ ਆਪਣੀਆਂ ਹੁਣ ਬੱਤਕਾਂ, ਅਤੇ ਸਾਡੇ ਗਏ ਕੁੱਕੜ ਜੀ, ਆ ਜਾਓ ਮੇਰੇ ਮਿੱਤਰੋ ਬਾਹਰ। ਅਤੇ ਇੱਧਰ ਸਾਡੀ ਫੀਮੇਲ ਮੁਰਗੀ ਯਾਰ, ਇਹਨੇ ਤੂੰ ਬਈ ਆਂਡਾ ਕਿਉਂ ਨਹੀਂ ਦਿੱਤਾ ਅੱਜ ਯਾਰ, ਇਹਨੇ ਆਂਡਾ ਨਹੀਂ ਦਿੱਤਾ, ਚਲੋ ਕੋਈ ਗੱਲ ਨਹੀਂ, ਅੱਜ ਇਹਨੂੰ ਮਾਫ਼, ਅਤੇ ਇਹਨੂੰ ਅੱਜ ਮਾਫ਼ ਕਰ ਦਿੰਦੇ ਯਾਰ, ਆਂਡਾ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ ਹੈ, ਅਤੇ ਕੱਲ੍ਹ ਨੂੰ ਦੇ ਦੇਗੇ ਆਪੇ। ਅਤੇ ਲਓ ਜੀ ਆਪਾਂ ਖੋਲ੍ਹ ਦਿੱਤੇ ਆ, ਅਤੇ ਆਹ ਦੇਖੋ ਸਾਡੀਆਂ ਮੁਰਗੀਆਂ ਵੀ, ਅਤੇ ਇਹਨਾਂ ਨੂੰ ਹੁਣ ਪਾ ਦਿੰਦੇ ਆਪਾਂ ਦਾਣੇ ਸਾਰਿਆਂ ਨੂੰ। ਲਓ ਜੀ ਕਰਨ ਹਜੇ ਤੱਕ ਨਹੀਂ ਆਇਆ ਹੈਗਾ, ਅਤੇ ਆਪਾਂ ਇੱਦਾਂ ਕਰਦੇ ਵੀ ਜਦੋਂ ਤੱਕ ਨਹੀਂ ਆਉਂਦਾ ਹੈਗਾ ਉਦੋਂ ਤੱਕ ਆਪਾਂ ਟੱਬ ਰੱਖਿਆ ਹੈਗਾ ਜੀ, ਉਹ ਸਾਹਮਣੇ ਤੁਸੀਂ ਦੇਖ ਸਕਦੇ ਉੱਥੇ, ਅਤੇ ਮੇਰਾ ਧਿਆਨ ਕਿ ਆਪਾਂ ਇਹ 'ਚ ਪਾ ਦਈਏ ਜੀ ਪਾਣੀ। ਅਤੇ ਲਓ ਜੀ ਆਪਾਂ ਇਹ 'ਚ ਬਹੁਤ ਜ਼ਿਆਦਾ ਨਹੀਂ ਪਾਣੀ, ਲੇਕਿਨ ਥੋੜ੍ਹਾ ਪਾਣੀ ਪਾ ਦਿੱਤਾ ਹੈਗਾ ਵਾ, ਕਿਉਂਕਿ ਆਪਾਂ ਇਹ ਟੈਂਪਰੇਰੀ ਰੱਖਣ ਲੱਗਾ ਹਾਂ, ਅਤੇ ਜ਼ਿਆਦਾ ਪਾਣੀ ਵੀ ਪਾਉਣ ਦੀ ਲੋੜ ਨਹੀਂ ਹੈਗੀ, ਬੱਤਕਾਂ ਨੇ ਨਹਾਉਣਾ ਹੀ ਆ ਇਕੱਲਾ, ਫਿਰ ਜ਼ਿਆਦਾ ਪਾਣੀ ਪਾ ਦਾ ਵੀ ਸਾਨੂੰ ਰੋੜਨਾ ਪੈਣਾ ਵਾ, ਅਤੇ ਇਸ ਕਰਕੇ ਆਪਾਂ ਥੋੜ੍ਹਾ ਹੀ ਮਤਲਬ ਕਿ 5-6 ਬਾਲਟੀਆਂ ਪਾਣੀ 'ਤੇ ਪਾ ਦਿੱਤੀਆਂ, ਅਤੇ ਬਹੁਤ ਆ। ਅਤੇ ਹੁਣ ਆਪਾਂ ਬੱਤਕਾਂ ਨੂੰ ਲੈ ਕੇ ਆਉਂਦੇ ਹਾਂ ਜੀ, ਅਤੇ ਬੱਤਕਾਂ ਨੂੰ ਲੈ ਕੇ ਅਤੇ ਇਸ ਦੇ ਵਿੱਚ ਟੱਬ ਵਿੱਚ ਰੱਖਦੇ ਹਾਂ ਇਕੱਲੀ ਇਕੱਲੀ ਨੂੰ। ਆਰਾਮ ਨਾਲ ਉਹ ਦੇਖੋ ਤੇਰੇ ਕੋਲ ਨਹੀਂ ਫੜੇ ਜਾਣੀ, ਇਹਨਾਂ ਨੂੰ ਸਾਰੀ ਉੱਤੇ ਲੈ ਜਾਓ ਆਲਰੇ ਆ। ਦੇਖੋ ਜੀ ਆਪਾਂ ਇਹਨੂੰ ਲਓ ਬਈ, ਦੋ ਰਹਿ ਗਈਆਂ, ਦੋਵੇਂ ਇੱਧਰ ਲਿਆ ਕੇ ਆਓ, ਦੋਵੇਂ ਇੱਧਰ ਇੱਧਰ ਲਓ ਜੀ, ਆਪਾਂ ਇਹਨੂੰ ਵੀ ਲੈ ਆਏ ਆਪਣੀ ਸਾਈਡ 'ਤੇ। ਚੱਲ ਬਈ ਵਿੱਚ ਵੜ ਜਾ, ਆਪੇ ਵੜ ਜਾਏਗੀ ਤਾਂ ਵਧੀਆ ਰਹੇਗਾ। ਵੈਰੀ ਗੁੱਡ। ਲਓ ਜੀ ਅਤੇ ਲਓ ਇੱਕ ਵਿਸ਼ੇਸ਼ ਲੈ ਆ, ਲਓ ਜੀ ਓਏ ਨਿਕਲਣਾ ਨਹੀਂ ਮੈਂ ਵਿੱਚੋਂ, ਨਾਲੋ ਬ ਆਰਾਮ ਦੇ ਨਾਲ ਵਿੱਚ ਵੜ ਦਿਉ। ਵੈਰੀ ਗੁੱਡ, ਇੱਧਰ ਸਾਈਡ 'ਤੇ ਆ ਜਾਓ, ਹੁਣ ਡਰਨਾ ਉਹਨਾਂ ਨੇ ਫਿਰ। ਅਤੇ ਲਓ ਜੀ ਬੱਤਕਾਂ ਆਪਾਂ ਸਾਰੀਆਂ ਅੰਦਰ ਵੜਤੀਆਂ ਵਾ, ਅਤੇ ਹੁਣ ਕੁਝ ਟਾਈਮ ਨਹਾਉਣਗੀਆਂ, ਉਸ ਤੋਂ ਬਾਅਦ ਫਿਰ ਆਪਾਂ ਨੂੰ ਕੱਢ ਕੇ ਅਤੇ ਅੰਦਰ ਵੜ ਦਾਂਗੇ। ਦੇਖੋ ਯਾਰ ਕਿੰਨੇ ਮਜ਼ੇ ਨਾਲ ਨਹਾ ਰਹੀਆਂ ਨਾ ਸਾਰੀਆਂ ਹੁਣ, ਆਹ ਦੇਖੋ ਕਾਫੀ ਵਧੀਆ ਲੱਗਦਾ ਪਿਆ ਜੋ ਨਹਾਉਂਦੀਆਂ ਨਾ। ਲੇਕਿਨ ਪਾਣੀ ਬਿਲਕੁਲ ਖੁੱਲ੍ਹਾ ਚਾਹੀਦਾ ਵਾ, ਇੱਥੇ ਪਾਣੀ ਖੁੱਲ੍ਹਾ ਨਹੀਂ ਹੈਗਾ, ਜਿੰਨਾ ਵੀ ਹੈਗਾ ਥੋੜ੍ਹਾ ਬਹੁਤ ਜਾਂ ਜ਼ਿਆਦਾ ਨਹੀਂ ਹੈਗਾ, ਸੋ ਇਹਨੇ ਨਾਲ ਇਹਨਾਂ ਨੂੰ ਗੁਜ਼ਾਰਾ ਕਰਨਾ ਪੈਣਾ ਵਾ। ਇਹ ਪਤਾ ਕੀ ਕਹਿੰਦਾ ਪਿਆ, ਉਹ ਕਹਿੰਦਾ ਵੀ ਯਾਰ ਇਹਨਾਂ ਨੂੰ ਵੀ ਆਪਾਂ ਪਾਣੀ 'ਚ ਵੜ ਕੇ ਅਤੇ ਇਹਨਾਂ ਨੂੰ ਵੀ ਨਹਾਉਣਾ ਸਟਾਰਟ ਕਰ ਦੇਣਾ ਵਾ, ਇੱਦਾਂ ਦਾ ਕੰਮ ਨਹੀਂ ਕਰਨਾ, ਕਿਉਂਕਿ ਇਹ ਬੱਤਕਾਂ ਨਹੀਂ ਆ, ਇਹ ਮੁਰਗੀਆਂ ਵਾ, ਇਹ ਆਪਣੀ ਮਰਜ਼ੀ ਨਾਲ ਨਹਾਉਂਦੀਆਂ ਹੁੰਦੀਆਂ ਵਾ, ਕੋਈ ਧੱਕਾ ਸ਼ਾਹੀ ਨਹੀਂ ਚੱਲਦੀ ਇਹਨਾਂ 'ਤੇ, ਠੀਕ ਆ। ਯਾਰ ਇੱਦਾਂ ਤੁਸੀਂ ਦੇਖੋ ਕਿਵੇਂ ਪਾਣੀ ਨਾਲ ਨਹਾ ਕੇ ਉਹਨਾਂ ਦਾ ਉਸੇ ਵੇਲੇ ਫਰਕ ਪੈ ਗਿਆ, ਦੇਖੋ ਕਿਵੇਂ ਨਾ ਉੱਪਰੋਂ ਜਿਹੜਾ ਦਾਗ ਦੂਗ ਲੱਗੇ ਬਿਲਕੁਲ ਲੱਥਣ ਲੈ ਪਏ ਆ, ਅਤੇ ਕਿੰਨੇ ਮਜ਼ੇ ਨਾਲ ਨਹਾ ਰਹੀਆਂ, ਅਤੇ ਪਾਣੀ ਵੀ ਦੇਖੋ ਕਿੰਨਾ ਗੰਦਾ ਹੋ ਗਿਆ ਯਾਰ, ਇਹਨਾਂ ਦੇ ਨਾਲੋਂ ਮਿੱਟੀ ਕਿੰਨੀ ਉਤਰੀ ਆ, ਅਤੇ ਤਾਂ ਹੀ ਪਾਣੀ ਗੰਦਾ ਹੋਇਆ ਨਾ, ਤੁਸੀਂ ਦੇਖ ਸਕਦੇ ਹੋ ਯਾਰ, ਬੜੇ ਮਜ਼ੇ ਨਾਲ ਨਹਾ ਰਹੀਆਂ ਨਾ ਹੁਣ ਇਹ।
ਦੇਖੋ ਤੁਸੀਂ ਆਪਣੇ ਆਪ ਹੀ ਪਾਣੀ ਤੋਂ ਬਾਹਰ ਆ ਗਏ ਆ ਅਤੇ ਵਿਸ਼ੇਸ਼ ਸਾਡਾ ਫੇਰ ਵਿੱਚ ਲੱਗਾ ਸੀ ਵੜਨ ਅਤੇ ਆਪਾਂ ਕਿਹਾ ਨਹੀਂ ਹੁਣ ਇਹਨੂੰ ਦੇਖ ਕੇ ਬਾਕੀ ਵੀ ਬਦਕਾਂ ਦੇਖੋ ਆਪਣੇ ਆਪ ਹੀ ਬਾਹਰ ਆਉਣਗੀਆਂ। ਉਹ ਜੀ ਚਾਰੋਂ ਬਦਕਾਂ ਬਾਹਰ ਆਈਆਂ ਵਾ ਲੇਕਿਨ ਸਾਡਾ ਵਿਸ਼ੇਸ਼ ਲੱਗ ਗਿਆ ਤਾਂ ਉਹ ਡਰ ਗਈਆਂ ਅਤੇ ਡਰਦੀਆਂ ਮਾਰੀਆਂ ਤੁਹਾਨੂੰ ਪਤਾ ਜੋ ਡਰ ਜੇ ਬੰਦਾ ਉਦੋਂ ਕੁਝ ਨਾ ਕੁਝ ਕਰ ਜਾਂਦਾ ਵਾ ਅਤੇ ਉਹ ਸਾਰੀਆਂ ਬਾਹਰ ਆਈਆਂ ਤੁਸੀਂ ਦੇ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ। ਸੋ ਆਸ ਕਰਦੇ ਤੁਹਾਨੂੰ ਵਧੀਆ ਲੱਗੀ ਹੋਗੀ, ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦੇਣਾ, ਚੈਨਲ ਕਰੋ ਜੀ ਸਬਸਕ੍ਰਾਈਬ, ਵੀਡੀਓ ਕਰੋ ਸ਼ੇਅਰ। ਸੋ ਮਿਲਦੇ ਨੈਕਸਟ ਵੀਡੀਓ 'ਤੇ, ਓਕੇ ਜੀ ਬਾਏ।